ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸਾਫ਼ ਤੌਰ 'ਤੇ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਅਨਿੱਖੜਵਾਂ ਅੰਗ ਸੀ, ਹੈ ਅਤੇ ਸਦਾ ਰਹੇਗਾ ਅਤੇ ਹਾਲ ਦੇ ਸਮੇਂ ਵਿੱਚ ਪੰਜਾਬ ਦੇ ਰਾਜਪਾਲ ਨੂੰ ਚੰਡੀਗੜ੍ਹ ਦਾ ਮੁੱਖ ਪ੍ਰਸ਼ਾਸਕ ਲਗਾਉਣ ਦੀ 4 ਦਹਾਕੇ ਪੁਰਾਣੀ ਪ੍ਰਥਾ ਨਾਲ ਕੋਈ ਵੀ ਛੇੜਛਾੜ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਲੰਬੀ ਵਿਧਾਨ ਸਭਾ ਹਲਕੇ ਵਿੱਚ ਸੰਗਤ ਦਰਸ਼ਨ ਸਮਾਗਮਾਂ ਦੌਰਾਨ ਮੁੱਖ ਮੰਤਰੀ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਜਾਂ ਦੇ ਪੁਨਰਗਠਨ ਕਾਨੂੰਨ ਮੁਤਾਬਕ ਹਰ ਪਿਤਰੀ ਰਾਜ ਦਾ ਉਸਦੀ ਰਾਜਧਾਨੀ 'ਤੇ ਹੱਕ ਰਿਹਾ, ਪਰ ਪੰਜਾਬ ਨੂੰ ਚੰਡੀਗੜ੍ਹ ਨਾ ਦੇ ਕੇ ਸੂਬੇ ਨਾਲ ਵੱਡਾ ਧੱਕਾ ਕੀਤਾ ਗਿਆ ਸੀ। ਭਈਆ ਸ਼ੁਰੂ ਸੇ 30-40 ਸਾਲ ਸੇ ਚੱਲ ਰਹੇ ਹਾਂ ਔਰ ਹਮ ਯਾ ਕਈ ਦਫਾ ਕਹਿ ਚੁੱਕੇ ਹਾਂ ਕਿ ਜੋ ਕਾਂਸਟੀਟਿਊਸ਼ਨਲ ਹੈ ਜਬ ਰੀਆਰਗਨਾਈਜੇਸ਼ਨ ਹੋਈ ਸਟੇਟਸ ਕੀ ਤੋ ਸਾਰੇ ਹਿੰਦੁਸਤਾਨ ਮੇਂ ਜੋ ਪੇਰੈਂਟ ਸਟੇਟ ਸੀ ਉਸਕੇ ਪਾਸ ਕੈਪੀਟਲ ਹੈ ਸਾਰੇ ਹਿੰਦੁਸਤਾਨ। ਹਮਾਰਾ ਤੋ ਇਹ ਗ੍ਰੀਵੈਂਸਿਸ ਹੈ ਕਿ ਹਮਾਰੇ ਸਾਥ ਕਿਉਂ ਵਿਦ ਕਰਾ ਚੰਡੀਗੜ੍ਹ ਪੰਜਾਬ ਕਾ ਫਿਰ ਦੁਬਾਰਾ ਐਜੀਟੇਸ਼ਨ ਫਿਰ ਵੀ ਹਮੇ ਦੇ ਦਿਆ ਪ੍ਰਾਈਮ ਮਿਨਿਸਟਰ ਨੇ। ਚੰਡੀਗੜ੍ਹ ਸਾਡੀ ਰਾਜਧਾਨੀ ਹੈ, ਸਾਡੀ ਰਹੇਗੀ, ਅਸੀਂ ਸਾਡਾ ਸੀ ਉਹਦੇ ਮਾਲਕ ਆ ਸਾਰੇ। ਇਸ ਤੋਂ ਪਹਿਲਾਂ ਪਿੰਡ ਫਤਿਹਪੁਰ ਮਣੀਆ, ਦਿਉਣਖੇੜਾ, ਤਪਾਖੇੜਾ, ਮਾਹੂਆਣਾ, ਆਦਣੀਆਂ ਅਤੇ ਸੈਣਾਖੇੜਾ ਵਿੱਚ ਭਾਰੀ ਜਨਤਕ ਇਕੱਠਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 1 ਦਹਾਕੇ ਵਿੱਚ ਸੂਬੇ ਵਿੱਚ ਲਾਮਿਸਾਲ ਵਿਕਾਸ ਹੋਇਆ